ਬਠਿੰਡਾ ਵਿਖੇ ਰਿਟਾਇਰਡ ਆਰਮੀ ਅਧਿਕਾਰੀਆਂ ਨੇ ਅੱਜ ਸੂਬੇ ਦਾ ਸ਼ਹੀਦ ਨੰਦ ਸਿੰਘ ਚੌਂਕ ਨੂੰ ਲੈ ਕੇ ਰੋਸ ਜ਼ਾਹਰ ਕੀਤਾ। ਉਹਨਾਂ ਕਿਹਾ ਕਿ ਕਿਸੇ ਸੰਸਥਾ ਵੱਲੋਂ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਪੋਸਟਰ ਫਲੈਕਸਾਂ ਅਤੇ ਝੰਡੇ ਲਾ ਕੇ ਸ਼ਹੀਦ ਨੰਦ ਸਿੰਘ ਦੀ ਬੇਅਦਬੀ ਕੀਤੀ ਹੈ, ਜਦਕਿ ਕਿਸੇ ਚੌਂਕ ਵਿੱਚ ਕੋਈ ਵੀ ਝੰਡਾ ਫਲੈਕਸ ਪੋਸਟਰ ਆਦਿ ਲਾਉਣਾ ਮਨਾਹੀ ਹੈ। ਉਹਨਾਂ ਕਿਹਾ ਕਿ ਇੱਥੇ ਜੋ ਡੈਕੋਰੇਸ਼ਨ ਲਈ ਸ਼ੀਸ਼ੇ ਲਾਏ ਗਏ ਹਨ ਉਸ ਵਿੱਚ ਲੱਗੀਆਂ ਲਾਈਟਾਂ ਚੱਲਦੀਆਂ ਸਨ ਅਤੇ ਇਸ ਸੰਸਥਾ ਵੱਲੋਂ ਉਹ ਸ਼ੀਸ਼ੇ ਤੋੜ ਕੇ ਆਪਣੀਆਂ ਫੈਂਸੀ ਲਾਈਟਾਂ ਲਗਾਈਆਂ ਗਈਆਂ। ਉਹਨਾਂ ਇਹ ਵੀ ਕਿਹਾ ਕਿ ਅਸੀਂ ਕਿਸੇ ਧਰਮ ਦੇ ਖਿਲਾਫ਼ ਨਹੀਂ, ਪਰ ਇਸ ਸ਼ਹੀਦ ਦੇ ਚੌਂਕ ਵਿੱਚ ਕੋਈ ਵੀ ਫਲੈਕਸ ਆਦਿ ਲਾਉਣਾ ਬਹੁਤ ਨਿੰਦਣਯੋਗ ਹੈ। ਪੰਜਾਬ ਮੰਗ ਦਾ ਜਵਾਬ ਚੌਥਾ ਆ ਹੈ ਗੁਟਕਾ ਸਾਹਿਬ ਔਰ ਉਹ ਇੱਥੋਂ 30 ਕਿਲੋਮੀਟਰ ਦੂਰ ਦਮਦਮਾ ਸਾਹਿਬ। ਮੈਂ ਇਹ ਦਮਦਮਾ ਸਾਹਿਬ ਵੱਲ ਗੁਟਕਾ ਸਾਹਿਬ ਨੂੰ ਚੱਕ ਕੇ ਸਹੁੰ ਖਾਂਦੇ ਅੱਜ ਕਿ ਪਹਿਲੀ ਗੱਲ ਇਹ ਜੋ ਨਸ਼ਿਆਂ ਦਾ ਕੰਮ ਹੈ ਜੋ ਆਮ ਆਦਮੀ ਕਹਿੰਦੇ 4 ਮਹੀਨੇ ਅੱਜ ਮੈਂ ਖਤਮ ਕਰ ਦੂੰ, ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹਦੇ ਲੱਕ ਤੋੜ ਕੇ ਛੱਡੂਗਾ। ਕੀ ਹੋਇਆ ਨਸ਼ਾ ਖਤਮ? ਪੰਜਾਬ ਮੰਗ ਦਾ ਜਵਾਬ। ਮੈਂ ਤੇ ਕੀ ਕਹਿਣਾ ਚਾਹੁੰਦਾ, ਮੇਰਾ ਨਾਮ ਕਰਨਲ ਸ਼ਿਵਦੇਵ ਸਿੰਘ ਮਾਨ ਹੈ ਤੇ ਮੈਂ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਸੈਨੇਟ ਕੋਰਟ ਤੋਂ ਹਾਂ। ਇਹ ਜਿਹੜਾ ਚੌਕ ਹੈਗਾ ਇਹ ਸਰਦਾਰ ਨੰਦ ਸਿੰਘ ਚੌਕ ਜਿਹਨੂੰ ਅਸੀਂ ਫੌਜੀ ਚੌਕ ਦੇ ਜ਼ਿਆਦਾਤਰ ਲੋਕ ਕਹਿੰਦੇ ਹਾਂ, ਇਹਦੇ 'ਤੇ ਤੁਸੀਂ ਦੇਖ ਸਕਦੇ ਹੋ ਕਿ ਬੈਨਰ ਲੱਗੇ ਹੋਏ ਹੈ, ਰਾਮਨੌਮੀ ਦੇ ਬੈਨਰ ਲੱਗੇ ਹੋਏ ਹੈ, ਜਿਹੜੇ ਕਿ ਇੱਕ ਸ਼ਹੀਦ ਲਈ ਬੇਅਦਬੀ ਹੈ। ਇਸ ਮਹਾਨ ਵਿਅਕਤੀ ਨੇ ਇੱਕ ਵਿਕਟੋਰੀਆ ਕ੍ਰੋਸ ਅਤੇ ਦੇਸ਼ ਲਈ ਮਹਾਂਵੀਰ ਚੱਕਰ ਜਿੱਤਿਆ ਅਤੇ ਸਾਰਿਆਂ ਤੋਂ ਉੱਚ ਪਦਵੀ ਦਿੱਤੀ ਜਾਂਦੀ ਹੈ ਇਹਨਾਂ ਨੂੰ। ਅਤੇ ਆਹ ਪਿੱਛੇ ਦੇਖ ਸਕਦੇ ਹੋ ਝੰਡੇ ਲਾਏ ਹੋਏ ਹੈ, ਰਾਮਨੌਮੀ ਦੇ ਲਾਏ ਹੋਏ ਹੈ। ਅਸੀਂ ਇਹਨਾਂ ਦੇ ਖਿਲਾਫ਼ ਨਹੀਂ ਹੈ, ਇਹ ਕਿਤੇ ਹੋਰ ਲਾਓ, ਮੰਦਰ 'ਚ ਲਾਓ ਜਾਂ ਖਾਲੀ ਥਾਂ 'ਤੇ ਐਡਵਰਟਾਈਜ਼ਮੈਂਟ ਕਰੋ, ਇਸ ਚੌਕ 'ਤੇ ਕੁਛ ਵੀ ਲਾਉਣਾ ਇੱਕ ਸਰਦਾਰ ਨੰਦ ਸਿੰਘ ਲਈ ਬੇਅਦਬੀ ਹੈ ਅਤੇ ਸਾਡੇ ਸਾਰਿਆਂ ਲਈ ਇੱਕ ਨਿਮੋਸ਼ੀ ਦਾ ਕਾਰਨ ਹੈ। ਅਸੀਂ ਇਹਨਾਂ ਨੂੰ ਬਹੁਤ ਉੱਚੀ ਪਦਵੀ ਦਿੰਦੇ ਹਾਂ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।